ਬਿਆਸ ਦੇ ਇੱਕ ਨਿੱਜੀ ਸਕੂਲ ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਇਸੇ ਸਕੂਲ ਦਾ ਹੀ 10ਵੀਂ ਕਲਾਸ ਦਾ ਵਿਦਿਆਰਥੀ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ ਅਤੇ ਜਦ ਪੀੜਿਤ ਬੱਚੀ ਨੇ ਇਹ ਘਟਨਾ ਆਪਣੇ ਮਾਪਿਆਂ ਨੂੰ ਦੱਸੀ ਤਾਂ ਉਹਨਾਂ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਿਰ ਕਰਦਿਆਂ ਮਾਮਲਾ ਪੁਲਿਸ ਨੂੰ ਦਰਜ ਕਰਵਾ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਿੱਥੇ ਪੀੜਿਤ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਬਿਆਨ ਦਰਜ ਕੀਤੇ ਜਾ ਰਹੇ ਨੇ, ਉੱਥੇ ਹੀ ਮੁਲਜ਼ਮ ਅਤੇ ਸਕੂਲ ਪ੍ਰਬੰਧਕਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਬਿਲਕੁਲ, ਜਿਨ੍ਹਾਂ ਨੇ ਕੋਈ ਧਿਆਨ ਨਹੀਂ ਰੱਖਿਆ, ਬੀਬੀਆਂ ਭੈਣਾਂ ਨੂੰ ਮੈਂ ਬੇਨਤੀ ਕਰੂੰਗੀ, ਜਦੋਂ ਤੱਕ ਫਾਦਰ ਤੇ ਮੈਡਮ ਤੇ ਪ੍ਰਿੰਸੀਪਲ ਤੇ ਪਰਚਾ ਨਹੀਂ ਹੋ ਜਾਏਗਾ, ਕੋਈ ਬੀਬੀ ਇੱਥੋਂ ਨਹੀਂ ਜਾਏਗੀ। ਪਰ ਬੀਬੀਆਂ ਸ਼ਾਂਤ ਰਹੋ ਥੋੜਾ ਜਿਹਾ, ਤਾਂ ਕਿ ਆਪਾਂ ਠੀਕ ਢੰਗ ਨਾਲ ਗੱਲ ਕਰ ਸਕੀਏ। ਬਾਹਰ ਵੀ ਨਿਕਲ, ਇਸ ਤੋਂ ਬਾਅਦ ਜੋ ਕੁਛ ਵੀ ਆ ਆਪਣੀਆਂ ਮੰਗਾਂ ਸਕਿਓ। ਦੁੱਖ ਦੀ ਗੱਲ ਤਾਂ ਇਹ ਹੈ ਕਿ ਹੈਦਰਾਬਾਦ ਘਟਨਾ ਦੇ ਦਰਿੰਦਿਆਂ ਦਾ ਐਨਕਾਊਂਟਰ ਕਰਨ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਿਤੇ ਕੁੜੀ ਨੂੰ ਜ਼ਿੰਦਾ ਜਲਾ ਦਿੱਤਾ ਜਾਂਦਾ ਹੈ ਅਤੇ ਕਿਤੇ ਮਾਸੂਮ ਬੱਚੀਆਂ ਤੋਂ ਉਹਨਾਂ ਦਾ ਬਚਪਨ ਖੋਹ ਲਿਆ ਜਾਂਦਾ ਹੈ। ਆਖਿਰ ਕਦ ਤੱਕ ਚੱਲਦਾ ਰਹੇਗਾ ਇਹ ਜ਼ਬਰ ਜਨਾਹ? ਬਿਊਰੋ ਰਿਪੋਰਟ, ਰੰਗਲਾ ਟੀਵੀ।